ਗੁਰ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਵਿੱਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਉਮਰ ਲੰਘ ਜਾਣ ਤੇ ਸਾਨੂੰ ਸਮਝ ਆਉਂਦੀਆਂ ਜੇ ਆਪਾਂ ਉਹਨਾਂ ਨੂੰ ਉਮਰ ਲੰਘਣ ਤੋਂ ਪਹਿਲਾਂ ਹੀ ਸਮਝ ਲਈਏ ਤਾਂ ਜ਼ਿੰਦਗੀ ਜਿਹੜੀ ਹੈ ਉਹ 'ਚ ਬਹੁਤ ਕੁਝ ਸਾਨੂੰ ਹਾਸਲ ਹੋ ਸਕਦਾ ਤਾਂ ਅੱਜ ਆਪਾਂ ਅਜਿਹੀਆਂ ਹੀ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਕਿ ਉਮਰ ਲੰਘ ਜਾਣ ਤੋਂ ਬਾਅਦ ਕਈਆਂ ਨੂੰ ਪਤਾ ਲੱਗਦਾ ਵੀ ਇਹ ਵੀ ਸੀਗੀਆਂ ਤਾਂ ਆਓ ਜੀ ਆਪਾਂ ਇਹਨਾਂ ਚੀਜ਼ਾਂ ਬਾਰੇ ਹੁਣ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਜ਼ਿੰਦਗੀ ਵਿੱਚ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ ਕਦੇ ਵੀ ਜਦੋਂ ਤੁਸੀਂ ਬਹੁਤ ਖੁਸ਼ ਹੋਵੋ ਬਹੁਤ ਜ਼ਿਆਦਾ ਖੁਸ਼ ਹੋਵੋ ਨਾ ਉਦੋਂ ਕਿਸੇ ਨਾਲ ਵਾਅਦਾ ਨਾ ਕਰੋ ਕਈ ਵਾਰੀ ਅਸੀਂ ਜ਼ਿਆਦਾ ਖੁਸ਼ ਹੁੰਨੇ ਆ ਵਾਅਦਾ ਕਰ ਲੈਂਦੇ ਆ ਵਾਅਦਾ ਸਾਡੇ ਤੋਂ ਖੁਸ਼ੀ-ਖੁਸ਼ੀ 'ਚ ਵੱਡਾ ਹੋ ਜਾਂਦਾ ਫਿਰ ਉਹਦਾ ਪੂਰਾ ਨਹੀਂ ਹੁੰਦਾ ਉਹ ਵਾਦਾ ਫਿਰ ਗਾਂਹ ਵਾਲਾ ਬੰਦਾ ਜਿਹੜਾ ਹੁੰਦਾ ਉਹਦਾ ਵਿਸ਼ਵਾਸ ਟੁੱਟ ਜਾਂਦਾ ਇਵੇਂ ਅਸੀਂ ਪਾਪਾਂ ਦੇ ਭਾਗੀਦਾਰ ਹੋ ਜਾਂਦੇ ਆ ਤਾਂ ਖੁਸ਼ੀ 'ਚ ਜਦੋਂ ਹੋਈਏ ਉਹਨੂੰ ਵਾਦਾ ਨਾ ਕਰੋ ਤੇ ਦੂਜੀ ਚੀਜ਼ ਕ੍ਰੋਧ ਵਿੱਚ ਜਵਾਬ ਨਾ ਦਿਓ ਕਦੇ ਵੀ ਕਈ ਵਾਰੀ ਗੁੱਸਾ ਬਹੁਤ ਆਇਆ ਹੁੰਦਾ ਤੇ ਆਪਾਂ ਦੂਜਿਆਂ ਨੂੰ ਜਵਾਬ ਦਿੰਨੇ ਆ ਉਹ ਜਵਾਬ ਜਿਹੜਾ ਹੁੰਦਾ ਗੁੱਸੇ ਤੋਂ ਨਿਕਲੇ ਸ਼ਬਦ ساری ਜ਼ਿੰਦਗੀ ਕੋਈ ਭਲਾ ਨਹੀਂ ਪਾਉਂਦਾ ਤੇ ਤੀਜੀ ਚੀਜ਼ ਦੁੱਖ ਵਿੱਚ ਫੈਸਲਾ ਨਾ ਲਾਉ ਕਦੇ ਕਈ ਵਾਰ ਦੁਖੀ ਹੋ ਕੇ ਅਸੀਂ ਫੈਸਲਾ ਕਰ ਲੈਂਦੇ ਜਿੰਦਗੀ ਦਾ ਕਈ ਆਤਮ ਹੱਤਿਆ ਨਹੀਂ ਕਰ ਲੈਂਦੇ ਉਹ ਦੁਖੀ ਹੋਏ ਫੈਸਲੇ ਹੁੰਦੇ ਆ ਤੇ ਉਹ ਸਹੀ ਸਾਰਥਕ ਫੈਸਲੇ ਨਹੀਂ ਹੁੰਦੇ ਉਹ ਫੈਸਲੇ ਗਲਤ ਹੁੰਦੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਹੋਰ ਵੀ ਬੇਸ਼ਕੀਮਤੀ ਗੱਲਾਂ ਜਿਹੜੀਆਂ ਉਮਰ ਲੰਘਣ ਤੋਂ ਬਾਅਦ ਸਾਨੂੰ ਪਤਾ ਲੱਗਦੀਆਂ ਆਉ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਹੋਰ ਵੀ ਤੇ ਥੋੜਾ ਥੋੜਾ ਸੁਣਨ ਦੀ ਆਦਤ ਵੀ ਪਾਓ। ਕਈ ਵਾਰੀ ਸਹੀ ਸਿਰਫ ਕੀ ਹੁੰਦਾ ਵੀ ਦੁਨੀਆ 'ਚ ਕਹਿਣ ਵਾਲਿਆਂ ਦੀ ਕਮੀ ਨਹੀਂ ਬੋਲਣ ਵਾਲਿਆਂ ਦੀ ਕਮੀ ਨਹੀਂ ਸੁਣਨ ਵਾਲੇ ਥੋੜੇ ਆ ਸਰੋਤੇ ਬਣੋ ਚੰਗੇ ਸਰੋਤੇ ਬਣੋ ਜਦੋਂ ਅਗਲੀ ਦੀ ਗੱਲ ਸੁਣਨੀ ਆ ਪੂਰੀ ਸੁਣੋ ਵਿੱਚੋਂ ਕਟੋ ਨਾ ਆਪਣੀ ਬराई ਸੁਣਨ ਦੀ ਹਿੰਮਤ ਵੀ ਪੈਦਾ ਕਰੋ ਕਿਉਂਕਿ ਜਿਹੜੇ ਲੋਕ ਆ ਉਹ ਤੁਹਾਡੀ ਬرائی ਕਰਨ ਨੂੰ ਕਦੇ ਬਾਜ਼ ਨਹੀਂ ਹੋਣਗੇ ਹਮੇਸ਼ਾ ਗੁਰੂ ਪਿਆਰਿਓ ਹਮੇਸ਼ਾ ਤਾਂ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਭਗਤ ਜੀ ਕਹਿੰਦੇ ਨਿੰਦਾ ਜਨ ਕੋ ਖਰੀ ਪਿਆਰੀ ਆਪਣੀ ਨਿੰਦਿਆ ਆਪਣੀ ਬرائی ਸੁਣਨ ਦੀ ਹਿੰਮਤ ਵੀ ਰੱਖੋ ਤੇ ਇਹ ਗੱਲ ਗੰਡ ਬੰਨ੍ਹ ਲਓ ਬਜ਼ੁਰਗ ਕਹਿੰਦੇ ਹੁੰਦੇ ਹਨ ਵੀ ਦਿਲ ਤੇ ਲਿਖ ਲਓ ਕਿ ਕਿਸੇ ਦੇ ਕੰਮ ਚ ਉਦੋਂ ਤੱਕ ਦਖਲ ਨਾ ਦਿਓ ਜਦੋਂ ਤੱਕ ਤੁਹਾਨੂੰ ਪੁੱਛਿਆ ਨਹੀਂ ਜਾਂਦਾ ਕਈ ਵਾਰ ਇੱਕ ਜਿਵੇਂ ਕਹਾਵਤ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਕਈਆਂ ਦਾ ਇਹ ਕੰਮ ਹੁੰਦਾ ਵੀ ਉਦੋਂ ਤੱਕ ਕਿਸੇ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਜਦੋਂ ਤੱਕ ਅਗਲਾ ਤੁਹਾਡੇ ਤੋਂ ਸਲਾਹ ਨਹੀਂ ਮੰਗਦਾ ਤੇ ਕਈ ਵਾਰੀ ਐਵੇਂ ਸਾਡੇ ਚ ਈਰਖਾ ਵੀ ਪੈਦਾ ਹੁੰਦੀ ਆ ਵੀ ਉਹ ਸਾਨੂੰ ਪੁੱਛਦੇ ਕਿਉਂ ਨਹੀਂ ਤਾਂ ਜਲਣ ਦੀ ਭਾਵਨਾ ਬਿਲਕੁਲ ਨਾ ਰੱਖੋ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਜਿਹਦੇ ਅੰਦਰ ਭਾਈ ਅਜੇਹੀ ਭਾਵਨਾ ਹੁੰਦੀ ਆ ਨਾ ਈਰਖਾ ਸਾੜੇ ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਮਾਫ ਕਰਨਾ ਸਿੱਖੋ ਕੁਝ ਗੱਲਾਂ ਨੂੰ ਭੁੱਲਣਾ ਸਿੱਖੋ ਜੋ ਕਦੇ ਵੀ ਬਦਲ ਨਹੀਂ ਸਕਦਾ ਉਹਨੂੰ ਸਹਿਣਾ ਸਿੱਖੋ ਵੀ ਹੁਣ ਪਤਾ ਵੀ ਇਹ ਚੀਜ਼ ਬਦਲ ਹੀ ਨਹੀਂ ਸਕਦੀ ਉਹਨੂੰ ਸਹਿਣਾ ਸਿੱਖ ਲੈਣਾ ਚਾਹੀਦਾ ਬੰਦੇ ਨੂੰ ਇਹੀ ਤਾਂ ਜ਼ਿੰਦਗੀ ਜਿਉਣ ਦੇ ਤਰੀਕੇ ਆ ਇੱਕ ਸ਼ਖਸ ਨੇ ਇੱਕ ਬਜ਼ੁਰਗ ਨੂੰ ਕਿਹਾ ਵੀ ਕੁਝ ਨਸੀਹਤ ਦੋ ਮੈਨੂੰ ਬਜ਼ੁਰਗ ਨੇ ਸਵਾਲ ਪੁੱਛਿਆ ਵੀ ਕਿਤੇ ਬਰਤਨ ਧੋਤੇ ਆ ਤੂੰ ਉਹ ਜਿਹੜਾ ਨੌਜਵਾਨ ਸੀਗਾ ਬੜਾ ਹੈਰਾਨ ਹੋ ਕੇ ਕਹਿਣ ਲੱਗਾ ਵੀ ਜੀ ਹਾਂ ਕਹਿਣ ਲੱਗਾ ਜੀ ਮੈਂ ਆਪਦੀ ਜ਼ਿੰਦਗੀ ਵਿੱਚ ਜਿਹੜੇ ਬਰਤਨ ਆ ਧੋਤੇ ਆ ਬਜ਼ੁਰਗ ਨੇ ਕਿਹਾ ਕੀ ਸਿੱਖਿਆ ਫਿਰ ਉਹਨੇ ਜਵਾਬ ਦਿੱਤਾ ਵੀ ਇਹਦੇ ਵਿੱਚ ਸਿੱਖਣ ਵਾਲੀ ਕਿਹੜੀ ਗੱਲ ਆ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਕਿ ਬਰਤਨ ਨੂੰ ਬਾਹਰ ਤੋਂ ਜ਼ਿਆਦਾ ਅੰਦਰੋਂ ਮਾਂਜਣਾ ਪੈਂਦਾ ਕਿ ਜੇ ਤੂੰ ਬਰਤਨ ਧੋਤਿਆ ਤੈਨੂੰ ਹੀ ਗੱਲ ਪਤਾ ਹੋ। ਐਵੇਂ ਹੀ ਬਾਹਰ ਤੋਂ ਜ਼ਿਆਦਾ ਖੁਦ ਨੂੰ ਅੰਦਰ ਤੋਂ ਚਮਕਾਓ। ਜੋ ਬਾਹਰ ਵੀ ਸੁਣਦਾ ਉਹ ਬिखर ਜਾਂਦਾ ਜੋ ਅੰਦਰ ਵੀ ਸੁਣਦਾ ਉਹ ਸਬਰ ਜਾਂਦਾ। ਆਦਮੀ ਦੇ ਸ਼ਬਦ ਨਹੀਂ ਉਹਦਾ ਵਕਤ ਬੋਲਦਾ। ਤੇ ਗੁਰਸਿੱਖ ਪਿਆਰਿਓ ਦੋ ਜਹਾਨਾਂ ਦੇ ਵਿੱਚ ਫਰਕ ਸਿਰਫ ਸਾਹਾਂ ਦਾ ਹੀ ਆ। ਚੱਲ ਰਹੇ ਨੇ ਤਾਂ ਇੱਥੇ ਜੇਕਰ ਰੁੱਕ ਗਏ ਤਾਂ ਉੱਥੇ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰ ਗਿਆ ਇਹ ਕੰਮ ਬੰਦਾ ਵੀ ਕਿੰਨਾ ਅਜੀਬ ਆ ਅਰਦਾਸ ਕਰਦੇ ਸਮੇ ਸਮਝਦਾ ਕਿ ਪ੍ਰਮਾਤਮਾ ਸਭ ਸੁਣ ਰਿਹਾ ਪਰ ਨਿੰਦਿਆ ਕਰਨ ਸਮੇ ਭੁੱਲ ਜਾਂਦਾ ਪੁੰਨ ਕਰਦੇ ਸਮੇ ਸੋਚਦਾ ਵੀ ਪ੍ਰਮਾਤਮਾ ਸਭ ਵੇਖਦਾ ਪਾਪ ਕਰਨ ਸਮੇ ਇਹ ਸਾਰਾ ਕੁਝ ਭੁੱਲ ਜਾਂਦਾ ਮਿਟ ਗਏ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ ਵੀ ਬੰਦੇ ਨੂੰ ਜੇ ਯਕੀਨ ਹੋ ਜੇ ਪੀ ਪ੍ਰਮਾਤਮਾ ਹਰ ਜਗ੍ਹਾ ਉਹਦੇ ਤਾਂ ਪਾਪ ਹੀ ਮਟ ਜਾਣ ਫਿਰ ਤਾਂ ਬੰਦੇ ਦੇ ਪਾਪ ਹੀ ਖਤਮ ਹੋ ਜਾਣ ਪਰ ਬੰਦਾ ਇਸ ਤਰ੍ਹਾਂ ਕਰਦਾ ਨਹੀਂ ਨਾ ਦਾਨ ਕਰਦੇ ਸਮੇ ਬੰਦਾ ਸੋਚਦਾ ਕਿ ਸਾਰਿਆਂ 'ਚ ਵੱਸਦਾ ਚੋਰੀ ਕਰਨ ਦੇ ਸਮੇ ਫਿਰ ਭੁੱਲ ਜਾਂਦਾ ਪਿਆਰ ਕਰਦੇ ਸਮੇ ਸੋਚਦਾ ਕਿ ਸਾਰੀ ਦੁਨੀਆ ਪ੍ਰਮਾਤਮਾ ਨੇ ਬਣਾਈ ਆ ਪਰ ਨਫ਼ਰਤ ਕਰਨ ਵੇਲੇ ਭੁੱਲ ਜਾਂਦਾ ਕਿ ਫਿਰ ਵੀ ਇਨਸਾਨ ਆਪਣੇ ਆਪ ਨੂੰ ਕਿੰਨਾ ਅਕਲਮੰਦ ਸਮਝਦਾ ਦੇਖੋ ਕਿੰਡੀ ਹੈਰਾਨੀ ਵਾਲੀ ਗੱਲ ਕਿਤੇ ਨਾ ਕਿਤੇ ਕਰਮਾਂ ਦਾ ਡਰਾ ਨਹੀਂ ਤਾਂ ਤੀਰਥ ਸਰੋਵਰਾਂ ਤੇ ਇੰਨੀ ਭੀੜ ਨਾ ਹੁੰਦੀ ਹੁਣ ਦੇਖਿਆ ਜਾਏ ਪਾਪ ਸਰੀਰ ਨਹੀਂ ਕਰਦਾ ਬੰਦੇ ਦੇ ਵਿਚਾਰ ਕਰਦੇ ਆ ਤੇ ਤੀਰਥ ਸਰੋਵਰ ਜਿਹੜੇ ਆ ਇਹ ਸਰੀਰ ਨੂੰ ਧੋਂਦੇ ਆ ਤੇ ਮਹਾਰਾਜ ਦੀ ਬਾਣੀ ਵੀ ਕਹਿੰਦੀ ਆ ਵੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਬਾਹਰ ਧੋਤੀ ਤੁਮੜੀ ਅੰਦਰ ਵਸਨ ਕੋਰ ਵੀ ਕਈਆਂ ਦੇ ਅੰਦਰ ਇੰਨੀ ਜ਼ਹਿਰ ਹੁੰਦੀ ਆ ਕਿ ਬਾਹਰੋਂ ਧੋਣ ਦੇ ਨਾਲੋਂ ਸਾਫ਼ ਨਹੀਂ ਹੋ ਸਕਦੀ ਤਾਂ ਗੁਰਸਿੱਖ ਪਿਆਰਿਓ ਤੀਰਥਾਂ ਦੀ ਆਪਣੀ ਮਾਨਤਾ ਹੈ ਪਰ ਮਨ ਦਾ ਸਾਫ਼ ਹੋਣਾ ਵੀ ਜ਼ਰੂਰੀ ਆ ਬੰਦੇ ਦਾ ਸਰੀਰ ਜਿੰਨਾ ਵੀ ਤਨ ਘੁੰਮੇ ਉਹਨਾ ਹੀ ਤੰਦਰੁਸਤ ਰਹਿੰਦਾ ਹੈ ਤੇ ਮਨ ਮੰਨ ਦੀ ਆਪਾਂ ਗੱਲ ਕਰੀਏ ਜਿੰਨਾ ਇੱਕ ਜਗ੍ਹਾ ਟਿਕ ਜਾਵੇ ਉਹਨਾ ਹੀ ਸ਼ਾਂਤ ਰਹਿੰਦਾ ਹੈ ਉਹਨਾ ਹੀ ਤੰਦਰੁਸਤ ਰਹਿੰਦਾ ਹੈ ਚਰਾਹੇ ਤੇ ਖੜੀਆਂ ਨੇਕੀ ਤੇ ਬਦੀ ਦੋਨੋਂ ਉਡੀਕ ਰਹੀਆਂ ਬੰਦੇ ਨੂੰ ਕਰਮ ਚੰਗੇ ਹੋਣਗੇ ਤੇ ਨੇਕੀ ਗਲੇ ਲਗਾ ਲਵੇਗੀ ਨਹੀਂ ਤਾਂ ਫਿਰ ਆਪਾਂ ਬਦੀ ਦੇ ਹਵਾਲੇ ਹੋ ਜਾਾਂਗੇ ਇਹੀ ਜ਼ਿੰਦਗੀ ਦਾ ਇੱਕ ਰਹਾਸਾ ਚੌਰਾਹੇ ਤੇ ਖੜੀਆਂ ਨੇਕੀ ਤੇ ਬਦੀ ਦੋਨੋਂ ਬੰਦੇ ਨੂੰ ਉਡੀਕਦੀਆਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਉਗੇ ਉਸ ਦਿਨ ਕੋਈ ਵੀ ਤੁਹਾਨੂੰ ਕਦੇ ਰਵਾ ਨਹੀਂ ਸਕਦਾ ਕਿਉਂਕਿ ਹੁਣ ਤੁਸੀਂ ਆਪਣੇ ਮਾਲਕ ਆਪ ਹੋ ਤੇ ਜੇਕਰ ਬੰਦਾ ਭਿਖਾਰੀ ਬਣ ਜੇ ਫਿਰ ਉਹਨੂੰ ਦੂਜੇ ਦੇ ਅੱਗੇ ਹੱਥ ਡਣੇ ਪੈਂਦੇ ਆ ਕਿ ਕੋਈ ਨਾ ਕੁਝ ਇਹੋ ਜਿਹੀ ਖੁਸ਼ੀ ਮੈਨੂੰ ਦੇ ਕਿ ਜਿਹਦੇ ਨਾਲ ਮੈਨੂੰ ਮੁਸਕਰਾਹਟ ਮੇਰੇ ਚਿਹਰੇ ਤੇ ਆਵੇ ਜੇ ਤੁਸੀਂ ਚਾਹੁੰਦੇ ਹੋ ਕਿ ਰੱਬ ਮਿਲ ਜੇ ਤਾਂ ਕਰਮ ਇਹੋ ਜਿਹਾ ਕਰੋ ਵੀ ਦੁਆਵਾਂ ਮਿਲਣ ਤੁਹਾਨੂੰ ਦੁਆਵਾਂ ਦੇ ਨਾਲ ਹੀ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਆ ਉਹ ਹੁੰਦੀ ਆ। हे ਪ੍ਰਮਾਤਮਾ ਕਿਵੇਂ ਕਰਾਂ ਸ਼ੁਕਰੀਆ ਤੇਰੀਆਂ ਮਿਹਰਬਾਨੀਆਂ ਦਾ। ਮੈਨੂੰ ਮੰਗਣ ਦਾ ਸਲੀਕਾ ਹੀ ਨਹੀਂ। ਪਰ ਤੂੰ ਦੇਣ ਦੀ ਹਰ ਅਦਾ ਜਾਣਦਾ। ਕਈ ਵਾਰੀ ਰੱਬ ਤੋਂ ਸਾਨੂੰ ਮੰਗਣਾ ਨਹੀਂ ਆਉਂਦਾ। ਵੀ ਕਿਵੇਂ ਮੰਗੀਏ? ਸਾਰੀ ਜ਼ਿੰਦਗੀ ਬੰਦੇ ਦੀ ਲੰਘ ਜਾਂਦੀ ਹੈ। ਇਹ ਪੂਰੀ ਕਾਇਨਾਤ ਦੇ ਵਿੱਚ ਮੇਰੇ ਜਰੱਕ ਵਜੂਦ ਦਾ ਕੋਈ ਤਾਂ ਕਾਰਨ ਹੋਵੇਗਾ ਕਿਉਂਕਿ ਮੇਰਾ ਉਹ ਡਾਡਾ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਵੀ ਜੇ ਆਪਾਂ ਨੂੰ ਰੱਬ ਨੇ ਬਣਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਤੇ ਪ੍ਰਮਾਤਮਾ ਨੇ ਕਲਾ ਵਰਤਾਈ ਆ ਆਪਦੇ ਆਪ ਨੂੰ ਵਿਲੱਖਣ ਸਮਝੋ ਪ੍ਰੇਮ ਚਾਹੀਦਾ ਤੇ ਸਮਰਪਣਤਾ ਖਰਚ ਕਰਨਾ ਹੀ ਪਵੇਗਾ ਵਿਸ਼ਵਾਸ ਚਾਹੀਦਾ ਤੇ ਵਫਾਦਾਰੀ ਖਰਚ ਕਰਨੀ ਪਵੇਗੀ ਸਾਥ ਚਾਹੀਦਾ ਤੇ ਸਮਾਂ ਖਰਚ ਕਰਨਾ ਪਵੇਗਾ ਕਿਸੇ ਨੇ ਕਿਹਾ ਕਿ ਰਿਸ਼ਤੇ ਮੁਫਤ ਚ ਮਿਲਦੇ ਨੇ ਮੁਫਤ ਜਿਤਾ ਹਵਾ ਵੀ ਨਹੀਂ ਮਿਲਦੀ ਸਾਹ ਵੀ ਤਾਂ ਹੀ ਆਉਂਦਾ ਜਦੋਂ ਇੱਕ ਸਾਹ ਛੱਡਿਆ ਜਾਵੇ ਫਿਰ ਦੂਜਾ ਸਾਹ ਆਉਂਦਾ ਜੋ ਵਿਅਕਤੀ ਸੱਚ ਤੇ ਅੜਿਆ ਉਹਦੇ ਨਾਲ ਪਰਮਾਤਮਾ ਖੜਾ ਜਿਹੜੇ ਬੰਦੇ ਸੱਚ ਤੇ ਖੜ ਗਏ ਰੱਬ ਉਹਨਾਂ ਨਾਲ ਖੜਾ ਉਹ ਕੱਲੇ ਨਹੀਂ ਹੁੰਦੇ ਅੰਨੇ ਵਿਅਕਤੀ ਨੂੰ ਗੁਰੂ ਘਰ ਆਏ ਵੇਖ ਕੇ ਲੋਕ ਹੱਸ ਕੇ ਬੋਲੇ ਛੋਟੀ ਜੀ ਕਹਾਣੀ ਗੁਰੂ ਘਰੇ ਦਰਸ਼ਨ ਦੇ ਲਈ ਆਇਆ ਤਾਂ ਹੈ ਪਰ ਕੀ ਪ੍ਰਮਾਤਮਾ ਨੂੰ ਦੇਖ ਪਾਵੇਂਗਾ ਅੰਨੇ ਵਿਅਕਤੀ ਨੇ ਬਹੁਤ ਪਿਆਰ ਨਾਲ ਜਵਾਬ ਦਿੱਤਾ ਮੈਂ ਦੇਖਾਂ ਜਾਂ ਨਾ ਦੇਖਾਂ ਕੀ ਫਰਕ ਪੈਂਦਾ ਮੇਰਾ ਰੱਬ ਤਾਂ ਮੈਨੂੰ ਦੇਖ ਲਵੇਗਾ ਨਾ ਤਾਂ ਹੀ ਕਹੇ ਜਾਂਦਾ ਦ੍ਰਿਸ਼ਟੀ ਨਹੀਂ ਦ੍ਰਿਸ਼ਟੀਕੋਣ ਸਹੀ ਹੋਣਾ ਚਾਹੀਦਾ ਬੰਦੇ ਦਾ ਜੇ ਦ੍ਰਿਸ਼ਟੀਕੋਣ ਸਹੀ ਸ੍ਰਸ਼ਟੀ ਵੀ ਤੁਹਾਡਾ ਅੰਦਰ ਵੀ ਸਹੀ ਹੋ ਜੂ ਪਰੇਸ਼ਾਨੀ ਦਾ ਕੋਈ ਪੈਮਾਨਾ ਨਹੀਂ ਹੁੰਦਾ ਕੁਝ ਲੋਕ ਤਾਂ ਇਹ ਸੋਚ ਕੇ ਪਰੇਸ਼ਾਨ ਹੁੰਦੇ ਨੇ ਕਿ ਸਾਹਮਣੇ ਵਾਲਾ ਇੰਨਾ ਖੁਸ਼ ਕਿਉਂ ਆ ਇਹ ਆਪਣੀ ਜਿਹੜੀ ਆ ਵੀ ਮਹਾਰਾਜ ਕਹਿੰਦੇ ਨਾ ਵੀ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਉਹ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਆ ਜਦੋਂ ਦਿਮਾਗ ਠੰਡਾ ਰਹੇ ਜ਼ੁਬਾਨ ਨਰਮ ਰਹੇ ਦਿਲ ਵਿੱਚ ਰਹਿਮ ਰਹੇ ਤਾਂ ਘਰ ਵਿੱਚ ਤਾਂ ਕੀ ਗੱਲ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਸ਼ਾਂਤੀ ਤੇ ਖੁਸ਼ੀ ਜਿਹੜੀ ਛਾ ਜਾਂਦੀ ਆ ਯਾ ਭਾਗਨੇ ਆ ਵੀ ਘਰ ਚ ਸ਼ਾਂਤੀ ਨਹੀਂ ਆਉਂਦੀ ਬੰਦੇ ਦੇ ਦਿਲ ਦਿਮਾਗ ਵਿੱਚ ਠੰਡਕ ਆ ਜਾਂਦੀ ਹੈ ਜਦੋਂ ਕੱਲ ਦਾ ਦਿਨ ਵੇਖਿਆ ਹੀ ਨਹੀਂ ਤਾਂ ਅੱਜ ਦਾ ਦਿਨ ਖਰਾਬ ਕਿਉਂ ਕਰਨਾ ਜਿਸ ਘੜੀ ਵਿੱਚ ਅੱਜ ਹੱਸ ਸਕਦੇ ਆ ਉਹ ਘੜੀ ਵਿੱਚ ਕੱਲ ਦੇ ਲਈ ਕਿਉਂ ਰੋਣਾ ਕਿਉਂ ਰੋਣਾ ਕਿਉਂ ਉਹ ਦਿਨ ਆਪਦਾ ਬਰਬਾਦ ਕਰਨਾ ਜੋ ਲੋਕ ਮਨ ਵਿੱਚ ਉੱਤਰਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਜੋ ਲੋਕ ਮਨ ਤੋਂ ਉੱਤਰਦੇ ਨੇ ਉਹਨਾਂ ਤੋਂ ਸੰਭਲ ਕੇ ਰਹੋ ਇਹੀ ਜ਼ਿੰਦਗੀ ਜਿਹੜੀ ਆ ਨਾ ਜਿਉਣ ਦਾ ਤਰੀਕਾ ਸੀਗਾ ਜੇਕਰ ਗਲਾਸ ਦੁੱਧ ਨਾਲ ਭਰਿਆ ਹੋਵੇ ਤਾਂ ਤੁਸੀਂ ਉਹਦੇ ਵਿੱਚ ਹੋਰ ਦੁੱਧ ਨਹੀਂ ਪਾ ਸਕਦੇ ਪਰ ਜੇਕਰ ਤੁਸੀਂ ਸ਼ੱਕਰ ਪਾ ਲਓਗੇ ਤਾਂ ਸ਼ੱਕਰ ਆਪਣੀ ਜਗ੍ਹਾ ਬਣਾ ਲੈਂਦੀ ਆ ਤੇ ਆਪਣੇ ਹੋਣ ਦਾ ਅਹਿਸਾਸ ਦਵਾਉਂਦੀ ਆ ਇਸੇ ਤਰ੍ਹਾਂ ਚੰਗੇ ਲੋਕ ਹਰ ਕਿਸੇ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਲੈਂਦੇ ਆ ਸ਼ੱਕਰ ਵਰਗੇ ਹੁੰਦੇ ਆ ਨਾ ਸ਼ੱਕਰ ਜਿਹੜੀ ਆ ਉਹ ਜਗ੍ਹਾ ਬਣਾ ਲੈਂਦੀ ਆ ਆਪਦੀ ਸਮਾਂ ਸਭ ਦਾ ਆਉਂਦਾ ਬਸ ਸਮਾਂ ਆਉਣ 'ਚ ਥੋੜਾ ਥੋੜਾ ਸਮਾਂ ਲੱਗਦਾ ਜਦੋਂ ਤਲਾਬ ਭਰਦਾ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਜਦੋਂ ਤਲਾਬ ਖਾਲੀ ਹੋਵੇ ਤਾਂ ਉਹੀ ਕੀੜੀਆਂ ਮੱਛੀਆਂ ਨੂੰ ਖਾ ਜਾਂਦੀਆਂ ਮੌਕਾ ਸਭ ਨੂੰ ਮਿਲਦਾ ਤੇ ਸਮਾਂ ਸਭ ਦਾ ਆਉਂਦਾ ਇਹ ਗੱਲ ਚੇਤੇ ਰੱਖਿਓ ਕਈ ਵਾਰੀ ਮਿੱਟੀ ਵੀ ਕੰਮ ਆ ਜਾਂਦੀ ਹੈ ਬੰਦੇ ਤੇ ਜਿਹੜੇ ਬੰਦੇ ਕਹਿੰਦੇ ਅਸੀਂ ਮਿੱਟੀ ਆ ਮਿੱਟੀ ਆ ਮਿੱਟੀ ਵੀ ਕੰਮ ਆ ਜਾਂਦੀ ਹੈ ਆਪਣੀ ਕਿਸੇ ਵੀ ਗੱਲ ਤੇ ਗਰੂਰ ਨਾ ਕਰਿਓ ਸਮੇ ਦਾ ਕੋਈ ਭਰੋਸਾ ਨਹੀਂ ਸਮਾਂ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਸਮਾਂ ਫਕੀਰ ਨੂੰ ਵੀ ਹਜੂਰ ਬਣਾ ਦਿੰਦਾ ਗੱਲਾਂ ਬੜੀਆਂ ਬੇਸ਼ਕੀਮਤੀ ਸਮੇ ਦੀ ਕਦਰ ਕਰ ਐ ਬੰਦੇ ਸਮਾਂ ਕੋਲੇ ਨੂੰ ਵੀ ਕੋਹੇ ਨੂਰ ਬਣਾ ਦਿੰਦਾ ਹੈ ਕੋਹੇ ਨੂਰ ਹੀਰਾ ਬਦਲਾ ਲੈਣ ਵਿੱਚ ਕੀ ਮਜ਼ਾ ਮਜ਼ਾ ਤਾਂ ਫੇਰਾ ਜੇ ਤੁਸੀਂ ਸਾਹਮਣੇ ਵਾਲੇ ਨੂੰ ਬਦਲਦੇ ਮੂ ਕਈ ਵਾਰੀ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੈ ਵੀ ਜੇ ਆਪਾਂ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਦੇ ਹਾਂ ਉਹਦੇ ਨਾਲ ਅੰਦਰ ਜਲਨ ਰਹਿੰਦੀ ਆ ਆਪ ਨੇੜੇ ਘਰ ਜਾਈਏ ਪੈਰ ਤੇ ਨਾਂ ਦੇ ਚੰ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕਮ ਸਮਝਦਾਰ ਬੰਦਾ ਉਹ ਨਹੀਂ ਜੋ ਐਟ ਦਾ ਜਵਾਬ ਪੱਥਰ ਨਾ ਦੇ ਬਲਕਿ ਸਮਝਦਾਰ ਬੰਦਾ ਉਹ ਆ ਜੋ ਸਿੱਟੀਆਂ ਹੋਈਆਂ ਇੱਟਾਂ ਤੋਂ ਵੀ ਆਪਣਾ ਆਸ਼ਿਆਨਾ ਬਣਾ ਲਵੇ ਆਪਣਾ ਮਕਾਨ ਬਣਾ ਲਵੇ ਉਹ ਸਮਝਦਾਰ ਬੰਦਾ ਹੁੰਦਾ ਜਿਹੜਾ ਉਹਨਾਂ ਨੂੰ ਵੀ ਵਰਤੋਂ ਵਿੱਚ ਲੈ ਆਉਂਦਾ ਹੈ ਸਿੱਟੀਆਂ ਹੋਈਆਂ ਇੱਟਾਂ ਤੋਂ ਆਪਣਾ ਘਰ ਬਣਾ ਲੈਂਦਾ ਜਿਹੜੀਆਂ ਲੋਕਾਂ ਨੇ ਉਹਦੇ ਤੇ ਪੱਥਰ ਸਿੱਟੇ ਹੁੰਦੇ ਆ ਵੇਖੋ ਇਹੋ ਜਿਹੇ ਬੰਦੇ ਵੀ ਦੁਨੀਆ ਵਿੱਚ ਪਏ ਆ ਜੇ ਕਿਸੇ ਨੇ ਤੁਹਾਡੇ ਰਸਤੇ ਵਿੱਚ ਕੰਡੇ ਵਿਛਾਏ ਹੋਣ ਹੱਸ ਕੇ ਉਹਨੂੰ ਹਟਾ ਦਿਓ ਪਰ ਜੇ ਤੁਸੀਂ ਬਦਲੇ ਚ ਉਹਨਾਂ ਦੀਆਂ ਰਾਹਾਂ 'ਚ ਕੰਡੇ ਵਿਛਾਓਗੇ ਤਾਂ ਦੁਨੀਆ 'ਚ ਕੰਡੇ ਹੀ ਤੁਹਾਡੀ ਦੁਨੀਆ 'ਚ ਕੰਡੇ ਹੀ ਕੰਡੇ ਹੋ ਜਾਣਗੇ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਬਹਿਸ ਤੇ ਗੱਲਬਾਤ ਵਿੱਚ ਬਹੁਤ ਫਰਕ ਹੁੰਦਾ ਬਹਿਸ ਸਿਰਫ ਇਹ ਸਿੱਧ ਕਰਦੀ ਆ ਕਿ ਕੌਣ ਸਹੀ ਆ ਗੱਲਬਾਤ ਇਹ ਤੈਅ ਕਰਦੀ ਆ ਵੀ ਕੀ ਸਹੀ ਆ ਤੇ ਕੀ ਗਲਤ ਆ ਬਹਿਸ ਜਿਹੜੀ ਆ ਕਦੇ ਨਾ ਕਰੋ ਪਰ ਅਖਰ ਇਹੋ 부ਝੀ ਐ ਮੂਰਖੇ ਨਾਲ ਨਾ ਲੁੱਝੀ ਐ ਦੂਜਿਆਂ ਦੀਆਂ ਸ਼ਰਤਾਂ ਤੇ ਸੁਲਤਾਨ ਬਣਨ ਨਾਲੋਂ ਕਈ ਗੁਣਾ ਚੰਗਾ ਆਪਣੀ ਮੌਜ ਦਾ ਫਕੀਰ ਬਣ ਜਾਣਾ ਆਪਣੀ ਮੌਜ ਦੇ ਫਕੀਰ ਹੋ ਜਾਣਾ ਜ਼ਿੰਦਗੀ ਚ ਦੋ ਚੀਜ਼ਾਂ ਕਦੇ ਨਾ ਕਰਿਓ ਉਹ ਬੰਦਾ ਧੋਖੇਬਾਜ਼ ਉਹਦੇ ਨਾਲ ਪ੍ਰੀਤ ਬਣਾ ਲੈਣੀ ਤੇ ਸੱਚੇ ਇਨਸਾਨ ਦੇ ਨਾਲ ਚਲਾਕੀ ਕਦੇ ਨਾ ਕਰਿਓ 25 ਸਾਲ ਦੀ ਉਮਰ ਤੱਕ ਸਾਨੂੰ ਪਰਵਾਹ ਨਹੀਂ ਹੁੰਦੀ ਕਿ ਲੋਕ ਕੀ ਕਹਿਣਗੇ ਤੇ 50 ਸਾਲ ਦੀ ਉਮਰ ਤੱਕ ਅਸੀਂ ਇਸ ਡਰ ਵਿੱਚ ਹੀ ਜਿਉਂਦੇ ਰਹਿੰਦੇ ਹਾਂ ਵੀ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਲੋਕ ਤਾਂ ਉਦੋਂ ਵੀ ਬਹੁਤ ਕੁਝ ਕਹਿੰਦੇ ਆ ਜਦੋਂ ਆਪਾਂ ਕੁਝ ਕਰਦੇ ਨਹੀਂ ਜਦੋਂ ਕਰਦੇ ਆ ਉਦੋਂ ਵੀ ਕਹਿੰਦੇ ਆ ਤੇ 50 ਸਾਲ ਦੀ ਉਮਰ ਤੋਂ ਬਾਅਦ ਪਤਾ ਲੱਗਦਾ ਵੀ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀਗਾ ਸਾਡੇ ਬਾਰੇ ਤਾਂ ਕੋਈ ਸੋਚ ਨਹੀਂ ਰਿਹਾ ਸੀ ਅਸੀਂ ਐਵੇਂ ਹੀ ਕਹੀ ਗਏ ਜ਼ਿੰਦਗੀ ਤੋਂ ਕੁਝ ਪਲ ਚੋਰਾ ਕੇ ਬਟੂਏ 'ਚ ਰੱਖਦਾ ਰਿਹਾ ਕਿਤੇ ਵੇਲੇ ਟਾਈਮ ਖਰਚ ਕਰਾਂਗੇ ਬਸ ਇਹੀ ਸੋਚਦਾ ਰਿਆ ਜੇਬ ਫਟਦੀ ਰਹੀ ਕਰਦਾ ਰਿਆ ਤਰਪਾਈ ਫਿਸਲਦੀਆਂ ਰਹੀਆਂ ਖੁਸ਼ੀਆਂ ਕਰਦਾ ਰਿਆ ਪਰਪਾਈ ਕਰਦਾ ਰਿਹਾ ਪਰਪਾਈ ਇੱਕ ਦਿਨ ਵੇਲਾ ਟਾਈਮ ਪਾਇਆ ਤਾਂ ਸੋਚਿਆ ਖੁਦ ਨੂੰ ਰੁਝਾਵਾਂ ਸਾਲਾਂ ਤੋਂ ਜੋ ਜੋੜੇ ਸੀ ਪਲ ਅੱਜ ਖਰਚ ਕਰਾਂ ਮ ਖੋਲਿਆ ਬਟੂਆ ਪਲ ਨਹੀਂ ਸੀ ਪਤਾ ਨਹੀਂ ਕਿੱਥੇ ਬੀਤ ਗਏ ਮੈਂ ਤਾਂ ਖਰਚੇ ਵੀ ਨਹੀਂ ਪਤਾ ਨਹੀਂ ਉਹ ਕਿੱਥੇ ਬੀਤ ਗਏ ਪਤਾ ਨਹੀਂ ਉਹ ਕਿੱਥੇ ਬੀਤ ਗਏ ਫੁਰਸਤ ਮਿਲੀ ਤਾਂ ਸੋਚਿਆ ਖੁਦ ਨਾਲ ਹੀ ਮਿਲ ਆਵਾਂ ਸ਼ੀਸ਼ੇ 'ਚ ਵੇਖਿਆ ਤਾਂ ਪਹਿਚਾਨ ਹੀ ਨਾ ਪਾਵਾਂ ਧਿਆਨ ਨਾਲ ਵੇਖਿਆ ਵਾਲਾਂ ਤੇ ਚਾਂਦੀ ਜਿਹੀ ਛੜੀ ਸੀ ਸੀ ਤਾਂ ਮੇਰੇ ਜਿਹਾ ਪਰ ਪਤਾ ਨਹੀਂ ਕੌਣ ਖੜਾ ਸੀ ਪਰ ਪਤਾ ਨਹੀਂ ਕੌਣ ਖੜਾ ਸੀ ਜੀਵਨ ਬਹੁਤ ਕੀਮਤੀ ਆ ਆਪਣੇ ਜੀਵਨ ਨੂੰ ਖੁੱਲ੍ਹ ਕੇ ਜਿਓ ਤੇ ਹਮੇਸ਼ਾ ਭਾਈ ਖੁਸ਼ ਰਹੋ ਇਹ ਹੀ ਜਿਹੜੀ ਜ਼ਿੰਦਗੀ ਵਿੱਚ ਬੜੇ ਕੀਮਤੀ ਜਿਹੜੇ ਸ਼ਬਦ ਆ ਸਾਡੀ ਜ਼ਿੰਦਗੀ ਵਿੱਚ ਬੜੇ ਜ਼ਰੂਰੀ ਆ ਜੋ ਮੈਂ ਆਪਜੀ ਦੇ ਨਾਲ ਇਹ ਵਿਚਾਰ ਸਾਂਝੇ ਕੀਤੇ ਆ ਕਿਉਂਕਿ ਖੁਸ਼ ਰਹਿਣ ਲਈ ਇਹ ਗੱਲਾਂ ਸਮਝ ਹੋਣੀਆਂ ਬੜੀਆਂ ਜ਼ਰੂਰੀ ਆ ਸਮਝ ਜਿਹੜੀ ਹੁੰਦੀ ਆ ਨਾ ਸਮਝ ਕਿਉਂਕਿ ਗੁਰੂ ਨਾਨਕ ਦੇਵ ਜੀ ਜਦੋਂ ਮਹਾਰਾਜ ਇੱਕ ਜੰਗਲ ਵਿੱਚ ਗਏ ਤੇ ਉੱਥੇ ਉਹਨਾਂ ਨੂੰ ਕਾਕ ਪਸੰਡ ઋષੀ ਜੀ ਮਿਲੇ ਜਿਨ੍ਹਾਂ ਦਾ ਪਿਛਲਾ ਜਨਮ ਕਾਂ ਦਾ ਸੀਗਾ ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਸਰੋਤੇ ਕਿੰਨੀ ਤਰ੍ਹਾਂ ਦੇ ਹੁੰਦੇ ਆ ਵੀ ਮੈਂ ਤਾਂ ਬਹੁਤ ਜੂਨਾ ਭਟਕ ਕੇ ਇੱਥੇ ਆਇਆ ਤਾਂ ਗੁਰੂ ਸਾਹਿਬ ਜੀ ਨੇ ਪੰਜ ਤਰ੍ਹਾਂ ਦੇ ਸਰੋਤੇ ਕਹੇ ਸੀਗੇ ਉਹਨਾਂ ਵਿੱਚੋਂ ਸਭ ਤੋਂ ਵਧੀਆ ਸਰੋਤਾ ਉਹ ਸਰੋਤਾ ਜਿਹੜਾ ਕਿਸੇ ਗੱਲ ਨੂੰ ਸੁਣਦਾ ਵਿਚਾਰਦਾ ਤੇ ਫੈਸਲਾ ਕਰਦਾ ਉਹਨੂੰ ਵਧੀਆ ਸਰੋਤਾ ਕਿਹਾ ਸੀਗਾ ਤਾਂ ਜਦੋਂ ਅਸੀਂ ਆਪਦੀ ਜ਼ਿੰਦਗੀ ਵਿੱਚ ਗੁਰਸਿਕ ਪਿਆਰਿਓ ਅਮਲ ਕਰਨਾ ਸ਼ੁਰੂ ਕਰਦਾਂਗੇ ਚੀਜ਼ਾਂ ਤੇ ਤਾਂ ਉਹ ਸਾਡੀ ਜ਼ਿੰਦਗੀ ਫਿਰ ਚੰਗੀ ਬਣ ਜਾਵੇਗੀ ਠੀਕ ਬਣ ਜਾਵੇਗੀ ਕਿਉਂਕਿ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਹੁਣ ਭਗਤਾਂ ਦਾ ਜੀਵਨ ਹੀ ਦੇਖ ਲੋ ਕਿੰਨਾ ਸੰਘਰਸ਼ਾ ਉਹਦੇ ਵਿੱਚ ਕਿੰਨਾ ਸੰਘਰਸ਼ਾ ਤ੍ਰਿਸ਼ਟਾਸ ਤ੍ਰਟਾਸਟਰ ਜਿਹੜਾ ਸੀਗਾ ਰਾਜਾ ਤੇ ਉਹਦਾ ਅੰਨਾ ਹੋਣਾ ਇੱਕ ਕਹਾਣੀ ਮੈਂ ਪੜ੍ਹਦਿਆ ਸੀਗਾ ਵੀ ਜੀਵ ਜਿਹੜੇ ਸਾਰੇ ਦੁੱਖ ਸੁੱਖ ਆਪਣੇ ਕਰਮਾਂ ਅਨੁਸਾਰ ਪਾਉਂਦੇ ਆ ਮਨੁੱਖ ਜਿਹੇ ਚੰਗੇ ਮੰਦੇ ਕਰਮ ਕਰਦਾ ਜਿਹੋ ਜੇ ਉਨ੍ਹਾਂ ਮੁਤਾਬਕ ਜੂਨਾ ਭੋਗਦਾ ਇੱਕ ਵਾਰ ਦੀ ਗੱਲ ਆ ਵੀ ਧ੍ਰਿਤਰਾਸ਼ਟਰ ਜਿਹੜਾ ਸੀਗਾ ਇਹ ਜਿਹੜਾ ਧ੍ਰਿਤਰਾਸ਼ਟਰ ਸੀਗਾ ਉਹਨੇ ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛਿਆ ਕਿ ਮੈਂ ਅੰਨਾ ਕਿਉਂ ਹਾਂ ਵੀ ਉਹਨਾਂ ਸੀਗਾ ਨਾ ਮੈਨੂੰ 100 ਜਨਮਾਂ ਦੀ ਤਾਂ ਖਬਰ ਆ ਲੇਕਿਨ ਮੈਂ ਇਨ੍ਹਾਂ 100 ਜਨਮਾਂ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਮੈਂ ਅੰਨਾ ਹੂੰ ਕਿ ਮੈਨੂੰ ਅੰਨਾ ਹੋਣਾ ਪਵੇ ਹੁਣ ਸ਼੍ਰੀ ਕ੍ਰਿਸ਼ਨ ਜੀ ਬੜੇ ਦੁਆਪਰ ਯੁਗ ਦੇ ਅਵਤਾਰੀ ਪੁਰਖਾ ਉਹਨਾਂ ਨੇ ਤ੍ਰਿਤਰਾਸ਼ਟਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਵੀ ਹੋਰ ਥੋੜਾ ਜਿਹਾ ਪਿੱਛੇ ਵੇਖ ਵੀ ਥੋੜਾ ਜਿਹਾ ਮਾਰਤਾ ਸਹੀ ਨਿਗਾ ਜਦੋਂ ਦੇਖਿਆ ਤਾਂ 106ਵੇਂ ਜਨਮ ਦਾ ਕਰਮ ਨਿਕਲਿਆ ਵੀ ਜਿਹਦੇ ਕਾਰਨ ਉਹਨਾਂ ਹੋਇਆ ਸੀਗਾ ਸੋ ਕਰਮਾਂ ਦਾ ਜਿਹੜਾ ਜਾਲ ਆ ਨਾ ਇਹ ਬੜਾ ਗੁੰਝਲਦਾਰ ਹੁੰਦਾ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਵੀ ਆਹ ਚੀਜ਼ ਸਾਨੂੰ ਕਿਉਂ ਆ ਰਹੀ ਆ ਤਾਂ ਕਰਮਾਂ ਦੀ ਜਿਹੜੀ ਸਜ਼ਾ ਹੁੰਦੀ ਆ ਇਹ ਬੰਦੇ ਨੂੰ ਮਿਲ ਕੇ ਹੀ ਰਹਿੰਦੀ ਆ ਤਾਂ ਕਰਮਾਂ ਤੇ ਪੂਰਾ ਵਧੀਆ ਜ਼ੋਰ ਦੇਣਾ ਵੀ ਕਰਮ ਜਿਹੜੇ ਆ ਬੰਦੇ ਦੇ ਠੀਕ ਹੋਣ ਤਾਂ ਇਹ ਮੈਂ ਆਪ ਜੀ ਨੂੰ ਗੁਰੂ ਪਿਆਰਿਓ ਗੁਰੂ ਦੀ ਸ਼ਰਨ ਪੈਣ ਦੇ ਨਾਲ ਬਹੁਤ ਚੀਜ਼ਾਂ ਮਿਲ ਜਾਂਦੀਆਂ ਗੁਰ ਬਿਨ ਤੇਰਾ ਔਰ ਨਾ ਕੋਈ ਧਾਰ ਬਚਨ ਜੈ ਮਨ ਮੇ ਭਾਗਵਤ ਦੇ ਵਿੱਚ ਇੱਕ ਕਥਾ ਆਉਂਦੀ ਆ ਇੱਕ ਬਿਮਾਰ ਤੇ ਕਮਜ਼ੋਰ ਬੱਕਰੀ ਆਪਣੇ ਘਰ ਤੋਂ ਭਟਕ ਕੇ ਕਿਸੇ ਦੂਰ ਸੰਘਣੇ ਜੰਗਲ ਵਿੱਚ ਚਲੀ ਗਈ ਇਹ ਜਾਨਵਰ ਭਟਕ ਜਾਂਦੇ ਆ ਖਤਰੇ ਦੇ ਭਰੇ ਇੰਨੇ ਵੱਡੇ ਤੇ ਸੰਘਣੇ ਜੰਗਲ ਵਿੱਚ ਉਹਦੀ ਰੱਖਿਆ ਕਰਨ ਲਈ ਕੋਈ ਹੈ ਨਹੀਂ ਸੀਗਾ ਐਸ ਲਈ ਉਹਨੂੰ ਕਿਸੇ ਸਹਾਰੇ ਦੀ ਲੋੜ ਸੀ ਤਾਂ ਜੋ ਉਹ ਖਾਣ ਪੀਣ ਲਈ ਆਜ਼ਾਦੀ ਨਾਲ ਚੱਲ ਫਿਰ ਸਕਦੀ ਸ਼ੇਰ ਉਹ ਜੰਗਲ ਦਾ ਰਾਜਾ ਸੀਗਾ ਉਹਨੇ ਬੱਕਰੀ ਤੇ ਰਹਿਮ ਖਾ ਕੇ ਉਹਨੂੰ ਆਜ਼ਾਦ ਕਰਤਾ ਉੱਥੇ ਹਾਥੀ ਵੀ ਰਹਿੰਦੇ ਸੀਗੇ ਸ਼ੇਰ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਪਾਣੀ ਪੀਣ ਜਾਓ ਇਹਨੂੰ ਨਾਲ ਲੈ ਜਾ ਕਰੋ ਪਾਣੀ ਪਿਆ ਕੇ ਲਿਆਇਆ ਕਰੋ ਉਹ ਹਾਥੀ ਦੇ ਉੱਪਰ ਚੜ ਜਾਏ ਤੇ ਪਾਣੀ ਪੀ ਆਇਆ ਕਰੇ ਇਸੇ ਤਰ੍ਹਾਂ ਸੁਰੱਖਿਅਤ ਹੋ ਕੇ ਜੰਗਲ ਵਿੱਚ ਆਪਣਾ ਜੀਵਨ ਬਤੌਣ ਲੱਗੀ ਇਹ ਸਾਰਾ ਪ੍ਰਤਾਪ ਸ਼ਰਨ ਲੈਣ ਦਾ ਵਾ ਉਹਨੇ ਸ਼ਰਨ ਲਈ ਰਾਜੇ ਦੀ ਇਸ ਤਰ੍ਹਾਂ ਵੀ ਜੇ ਅਸੀਂ ਸੰਤਾਂ ਦੀ ਸ਼ਰਨ ਵਿੱਚ ਆ ਕੇ ਆਪਣੀ ਜ਼ਿੰਦਗੀ ਜਿਉਉਨੇ ਆ ਰਾਈ ਤੋਂ ਪਹਾੜ ਅਰੰਡ ਤੋਂ ਤੁਰਸੀ ਨੀਚ ਗਤੀ ਤੋਂ ਉੱਚੀ ਪਦਵੀ ਪਾ ਸਕਦੇ ਆ ਇਹੀ ਭਾਈ ਬੇਨਤੀਆਂ ਆਵਜੀਤ ਚਰਣਾ ਵਿੱਚ ਅਮਰਤ ਛਗੋ ਸਿੰਘ ਸਜੋ ਗੁਰੂ ਦੀ ਸ਼ਰਣੀ ਪਾਓ ਅੱਜ ਦੇ ਦੀਵਾਨ ਚ ਇਤਨੀਆਂ ਹੀ ਬੇਨਤੀਆਂ ਸਤਿਗੁਰੂ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ ਕਥਾ ਵਿਚਾਰ ਕਰਦੇ ਆਂ ਭਾਈ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਅੱਗੇ ਵਾਸਤੇ ਭਾਈ ਅਸੀਸ ਬਖਸ਼ਣੀ ਇਦਾਂ ਹੀ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜੇ ਰਹੀਏ ਸਾਰੀ ਸੰਗਤ ਦਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਨਾਮ ਦੀ ਸਦਾ ਹੀ ਚੜ੍ਹਦੀ ਕਲਾ ਹੁੰਦੀ ਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ